ਵੀਰੋ ਇਹ ਲੜਾਈ ਇਨਸਾਨ ਦੀ ਹੈ, ਇਹ ਕੋਈ ਸਾਡੀ ਚਲਾਈ ਹੋਈ ਲੜਾਈ ਨਹੀਂ ਹੈ, ਇਹ ਗੁਰੂ ਨਾਨਕ ਸਾਹਿਬ ਦੀ ਲੜਾਈ ਚਲਾਈ ਹੋਈ ਹੈ ਜਿਹੜੀ ਗੁਰੂ ਸਾਹਿਬ ਨੇ ਬਾਬਰ ਬਾਦਸ਼ਾਹ ਨਾਲ ਲੜੀ ਸੀ। ਖਾਲਸਾ ਜੀ, ਅਸੀਂ ਜਬਰ ਜ਼ੁਲਮ ਤੋਂ ਤੰਗ ਹੋ ਕੇ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਹੈ ਔਰ ਅਸੀਂ ਉਹਨਾਂ ਚ ਆਰਾਮ ਨਾਲ ਨਹੀਂ ਬੈਠਾਂਗੇ ਜਿੰਨਾ ਚਿਰ ਅਸੀਂ ਇੱਕ ਅਜਿਹਾ ਘਰ ਨਹੀਂ ਬਣਾ ਲੈਂਦੇ ਜਿਸ ਵਿੱਚ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ, ਸਾਡਾ ਧਰਮ ਸੁਰੱਖਿਅਤ ਹੋਵੇ। ਖਾਲਸਾ ਜੀ, ਜਿਸ ਕੌਮ ਨੇ ਸਾਨੂੰ ਜੁਝਾਰੂ ਅਖਵਾਉਣ ਦਾ ਮਾਣ ਦਿੱਤਾ ਹੈ, ਅਸੀਂ ਉਸ ਕੌਮ ਨਾਲ ਪ੍ਰਣ ਕਰਦੇ ਹਾਂ ਕਿ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਆਪਣੇ ਨਿਸ਼ਾਨੇ ਤੇ ਪਹੁੰਚਣ ਵਾਸਤੇ ਖੂਨ ਦਾ ਇੱਕ ਇੱਕ ਕਤਰਾ ਵਹਾ ਦਿਆਂਗੇ।